ਇਧਰੋਂ ਆਪਾਂ ਗੱਲ ਕਰ ਲਗੇ ਸਿਲੇਬਸ ਦੀ ਵੈਸੇ ਤਾਂ ਸਿਲੇਬਸ ਦੇ ਵਿੱਚ ਬੜੀਆਂ ਚੇਂਜਸ ਹੋਣਗੀਆਂ ਨੇ ਹੁਣ ਕਹਿੰਦੇ ਕਿ ਭਲੈ ਦਾ ਕਨਸੈਪਟ ਆ ਰਿਹਾਗਾ ਚੇਂਜ ਹੋ ਕੇ ਅੱਜ ਕਰ ਰਹੇ ਨੇ ਕੀ ਹਾਂਜੀ ਹਾਂਜੀ ਜੀ ਵੈਸੇ ਚੰਗੀ ਗੱਲ ਹੈ ਜੇ ਕੁਝ ਚੰਗੀ ਚੀਜ਼ ਆਏਗੀ ਤਾਂ ਹਾਂ ਭਲਾਈ ਦੀ ਸਪਲਾਈ ਤੇ ਰਹਿਣੀ ਚਾਹੀਦੀ ਆ ਨਾ ਜੀ ਤੇ ਜਾਰੀ ਰਹਿਣੀ ਚਾਹੀਦੀ ਆ ਤੇ ਜ਼ਿੰਦਾਦਿਲੀ ਨਾਲ ਹੋਣੀ ਚਾਹੀਦੀ ਆ ਜੀ ਵੇਖੋ ਗੱਲ ਕੀ ਆ ਕਿ ਜਿਹੜਾ ਇਹ ਲਿਆ ਰਹੇ ਆ ਨਾ ਉਹ ਲਿਆ ਰਹੇ ਆ ਕਿ ਜਿੱਦਾਂ ਕੋਈ ਸੜਕ ਤੇ ਡਿੱਗ ਪੈਂਦਾ ਕੋਈ ਜ਼ਖਮੀ ਆ ਹਾਦਸੇ ਦਾ ਸ਼ਿਕਾਰ ਹੋ ਗਿਆ ਜੀ ਵੀ ਉਹਨੂੰ ਤੁਸੀਂ ਚੁੱਕੋ ਜ਼ਰੂਰ ਕਿਉਂਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਆਪਾਂ ਅਕਸਰ ਇਹ ਦੇਖਦੇ ਆਂ ਪੰਜਾਬ ਗਵਰਨਮੈਂਟ ਨੇ ਵੈਸੇ ਇਹਦੇ ਤੇ ਕਾਫੀ ਕੰਮ ਕੀਤਾ ਜੀ ਕਾਫੀ ਪ੍ਰਚਾਰ ਵੀ ਕੀਤਾ ਹੈ ਇਸ ਮੁਤਲਕ ਵੈਸੇ ਇਹਨਾਂ ਨੇ ਮੈਨੂੰ ਲੱਗਦਾ ਕਿ ਇਹ ਵੀ ਹੁਣ ਸੋਧ ਕੀਤੀ ਹੋਈ ਆ ਕਿ ਜਿਹੜਾ ਕੋਈ ਬੰਦਾ ਇਸ ਤਰ੍ਹਾਂ ਚੁੱਕ ਕੇ ਲੈ ਜਾਏਗਾ ਉਹਨੂੰ ਗਵਾਹ ਵੀ ਬਣਾਉਣ ਦੀ ਜ਼ਰੂਰਤ ਨਹੀਂ ਹੈ ਜੀ ਇਸ ਤਰ੍ਹਾਂ ਵੀ ਕੀਤਾ ਹੋਇਆ ਪਰ باوجود ਇਸ ਤੇ ਲੋਕ ਨਾ ਡਰਦੇ ਨੇ ਨਹੀਂ ਚੁੱਕਦੇ ਛੇਤੀ ਕਿਤੇ ਹਾਂ ਹਾਂਜੀ ਮੈਂ ਤੁਹਾਨੂੰ ਇੱਕ ਕਿੱਸਾ ਸੁਣਾ ਦਿੰਨਾ ਨਿਕਿਆ ਜਦੋਂ ਨਾ ਇੱਧਰ ਨੂੰ ਜਾਈਏ ਆਪਾਂ ਤੁਹਾਡੇ ਪਿੰਡ ਵਾਲਾ ਉਹ ਜਿਹੜਾ ਚੌਕ ਆਉਂਦਾ ਮੈਂ ਉੱਥੇ ਗਿਆ ਤੇ ਭੀੜ ਬੜੀ ਉਹ ਚੌਕ ਦੇ ਅਗਲੇ ਪਾਸੇ ਤੁਹਾਡੇ ਪਿੰਡ ਨੂੰ ਜਿੱਥੋਂ ਨੂੰ ਜਾਂਦੇ ਆ ਨਾ ਡਬ ਵਾਲੀ ਨੂੰ ਤੇ ਉੱਥੇ ਬੰਦਾ ਪਿਆ 11 12 ਦਾ ਟਾਈਮ ਤੇ ਬੰਦਾ ਮਤਲਬ ਕਿ ਗੜੁੱਛ ਪੂਰਾ ਖੋਨਾਂ ਜੀ ਹੁਣ ਲੋਕ ਖਲੋਤੇ ਨੇ ਆਲੇ ਦੁਆਲੇ ਪਰ ਕੋਈ ਵੀ ਬੰਦਾ ਇਹ ਨਹੀਂ ਇਹਨਾਂ ਨਹੀਂ ਕਰ ਰਿਹਾ ਕਿ ਕੋਈ ਆਹ ਉਹਦਾ ਹਨਾ ਚੁੱਕੋ ਉਹਨੂੰ ਕੁਝ ਕਰੋ ਜੀ ਤੇ ਮੈਂ ਤੇ ਮਤਲਬ ਕਿ ਆਪਣਾ ਹੈਗਾ ਹੀ ਆ ਸ਼ੁਰੂ ਤੋਂ ਹੀ ਇਦਾਂ ਦਾ ਸੁਭਾਅ ਕਿਉਂਕਿ ਆਪ ਵੀ ਇਹਨਾਂ ਚੀਜ਼ਾਂ ਚੋਂ ਗੁਜ਼ਰੇ ਆ ਮੈਂ ਉਹਨੂੰ ਚੁੱਕਿਆ ਕੀਤਾ ਖੁਦ ਐਂਬੂਲੈਂਸ ਬੁਲਾਈ ਉਦੋਂ ਮੈਂ ਲੋਕਲ ਰਿਪੋਰਟਰ ਸੀਗਾ ਮੇਰੇ ਕੋਲ ਨੰਬਰ ਵਗੈਰਾ ਹੈਗੇ ਸੀਗੇ ਸਾਰੇ ਤਾਂ ਉਹ ਮੈਂ ਉਹਨਾਂ ਨੇ ਜਾਣਦੇ ਹੀ ਸੀਗੇ ਆਪਾਂ ਨੂੰ ਸਿਵਲ ਹਸਪਤਾਲ ਵਾਲੇ ਕੁਛ ਬੰਦੇ ਤੋਂ 2 ਮਿੰਟਾ ਚਾਏ ਉਹਨਾਂ ਨੇ ਚੁੱਕਿਆ ਮੈਂ ਨਾਲ ਉੱਥੋਂ ਫਿਰ ਨਾਲ ਨਾਲ ਕੋਈ ਜਿਹੜਾ ਮੈਂ ਕਿਹਾ ਯਾਰ ਮੈਂ ਤਾਂ ਪਿੰਡ ਨੂੰ ਜਾਣਾ ਹੈ ਮੈਨੂੰ ਸੀ ਘਰੇ ਕੋਈ ਕੰਮ ਜ਼ਰੂਰੀ ਮੈਂ ਕਿਹਾ ਯਾਰ ਮੈਂ ਪਿੰਡ ਨੂੰ ਜਾਣਾ ਮੇਰਾ ਘਰ ਦਾ ਕੋਈ ਕੰਮ ਜ਼ਰੂਰੀ ਹੈ ਤੁਸੀਂ ਵੀਰ ਬਣ ਕੇ ਇੱਕ ਬੰਦਾ ਛੱਡਿਓ ਯਾਰ ਇਹਨੂੰ ਕੋਈ ਡਰਦਾ ਬੰਦਾ ਚੜੇ ਹੀ ਨਾ ਜੀ ਐਂਬੂਲੈਂਸ ਹੀ ਨਾ ਚੜ ਮੈਂ ਕਿਹਾ ਦਫਾ ਕਰੋ ਮੈਂ ਮੋਟਰਸਾਈਕਲ ਉੱਥੇ ਲਾਇਆ ਤੇ ਨਾਲ ਚੜ ਗਿਆ अच्छा ਨਾਲ ਚੜ ਗਿਆ ਚਲੋ ਹਸਪਤਾਲ ਚ ਗਏ ਉੱਥੇ ਇਨਾ ਕੰਮ ਹੁੰਦਾ ਕਿ ਤੁਸੀਂ ਐਡਮਿਟ ਕਰਾਇਆ ਫਰਸਟ ایڈ ਹੋ ਗਈ ਤੇ ਠੀਕ ਆ ਉਹ ਉਹਨਾਂ ਦਾ ਬਾਅਦ ਚ ਫੋਨ ਆਇਆ ਉਹਦੀ ਭੈਣ ਜੀ ਦਾ ਫੋਨ ਆਇਆ ਉਹ ਬੰਦਾ ਅਬਲ ਖਰਾਨੇ ਦਾ ਸੀਗਾ ਤੇ ਸਿਹਤ ਡਿਪਾਰਟਮੈਂਟ ਚ ਲੱਗਾ ਸੀ ਵਾਹ ਜੀ ਉਹਨਾਂ ਨੇ ਤੇ ਸ਼ੁਕਰੀਆ ਕੀਤਾ ਮੇਰਾ ਨੰਬਰ ਲੱਭ ਕੇ ਕਿਤੋਂ ਬਾਅਦ ਚ ਚਲੋ ਉਹਨਾਂ ਦੀ ਡੈਥ ਹੋ ਗਈ ਤੇ ਕਹਿਣ ਦਾ ਮਤਲਬ ਕਿ ਬੜਾ ਮੈਨੂੰ ਖੁਦ ਨੂੰ ਸਕੂਨ ਮਿਲਿਆ ਯਾਰ ਜਦ ਫੋਨ ਕੀਤਾ ਮੇਰੀ بیوی ਨਾਲ ਗੱਲ ਕੀਤੀ ਕਿ ਆ ਯਾਰ ਹਾਂ ਠੀਕ ਹੈ ਕਿ ਕੀ ਹੋਇਆ ਕੁਛ ਨਹੀਂ ਘਰ ਦਾ ਕੰਮ ਸੀ ਫਿਰ ਇੱਕ ਜ਼ਿੰਦਗੀ ਉਸ ਟਾਈਮ ਤੇ ਬਚਾਈ ਨਾ ਅਸੀਂ ਮੈਂ ਤਾਂ ਸ਼ੁਰੂ ਤੇ ਆਪਣਾ ਸੁਭਾਅ ਇਹ ਹੋ ਜਾਈਆ ਕਿ ਜੇ ਕਿਤੇ ਲੋੜ ਆ ਤਾਂ ਯਾਰ ਬੰਦਾ ਹੋ ਕੇ ਬੰਦੇ ਦੇ ਕੰਮ ਨਾ ਕਦੇ ਸੋਚ ਕੇ ਤੇ ਵੇਖੋ ਨਾ ਜਿਸ ਸੜਕ ਤੇ ਕਿਸੇ ਨੂੰ ਛੱਡ ਕੇ ਤੁਸੀਂ ਭੱਜ ਰਹੇ ਹੋ ਕਿ ਡਿੱਗਾ ਤੇ ਡਗਾ ਰਹਿਣ ਦੇ ਘਰੇ ਜਾ ਕੇ ਤੁਹਾਨੂੰ ਪਤਾ ਲੱਗੇ ਕਿ ਉਹ ਤੇ ਤੁਹਾਡੇ ਮਾਮੇ ਦਾ ਪੁੱਤ ਪਿਆ ਸੀ ਉੱਥੇ ਫਿਰ ਕੀ ਕਰੋਗੇ ਫਿਰ ਰੋਗ ਇਹ ਨਾ ساری ਜ਼ਿੰਦਗੀ ਜਾਂ ਤੁਹਾਡਾ ਹੋ ਸਕਦਾ ਧੀ ਪੋਤੀ ਪਿਆ ਹੋਵੇ ਕੋਈ ਰਿਸ਼ਤਾ ਕਿ ਵੀ ਮੈਂ ਤੇ ਕੋਲੋਂ ਲੰਘ ਆਇਆ ਯਾਰ ਜੀ ਜੇ ਮੈਂ ਉਦੋਂ ਉਹਨੂੰ ਕੋਈ ਫਰਸਟ ایڈ ਦਿੱਤੀ ਹੁੰਦੀ ਜਾਂ ਹੰਬਲਾ ਮਾਰਿਆ ਹੁੰਦਾ ਤੇ ਸ਼ਾਇਦ ਉਹ ਰਹਿ ਜਾਂਦਾ ਕਿਸੇ ਕਰਕੇ ਮੈਂ ਕਹਿੰਦਾ ਜਦੋਂ ਐਂਬੂਲੈਂਸ ਹਾਰਨ ਮਾਰਦੀ ਹੈ ਨਾ ਉਦੋਂ ਗੱਡੀਆਂ ਐ ਨਾ ਕਰਿਆ ਕਰੋ ਉਦੋਂ ਇਹ ਸੋਚਿਆ ਕਰੋ ਕਿ ਉਸ ਐਂਬੂਲੈਂਸ 'ਚ ਕਿਸੇ ਦਿਨ ਤੁਸੀਂ ਵੀ ਇਦਾਂ ਪਏ ਹੋ ਸਕਦੇ ਹੋ ਤੇ ਫਿਰ ਤੁਹਾਡੀ ਗੱਡੀ ਐ ਨਾਲ ਦੀ ਨਾਲ ਪਾਸ ਹੋ ਪਾਸੇ ਹੋ ਕੇ ਪਾਸ ਕਰਾ ਦੇਗੀ ਜੀ ਸੋ ਇਹ ਹੁਣ ਲੈ ਕੇ ਆ ਰਹੇ ਨੇ ਕਿ ਸਕੂਲ ਦੇ ਵਿੱਚ ਜਾਂ ਸਕੂਲੀ ਸਿਲੇਬਸ ਦੇ ਵਿੱਚ ਇਹ ਬੱਚਿਆਂ ਨੂੰ ਪੜਾਇਆ ਜਾਵੇ ਕਿ ਜੇਕਰ ਰੋਡ ਹਾਦਸਾ ਕਿਤੇ ਤੁਹਾਨੂੰ ਨਜ਼ਰ ਆਉਂਦਾ ਕਿਤੇ ਵੀ ਜ਼ਖਮੀ ਨੂੰ ਤੁਹਾਡੀ ਜ਼ਰੂਰਤ ਆ ਤੇ ਉਹਨੂੰ ਉਹ ਲੋੜ ਪੂਰੀ ਕਰਕੇ ਦਿਓ ਤੇ ਵਧੀਆ ਗੱਲ ਆ ਇਸ ਤਰ੍ਹਾਂ ਦੇ ਕਾਨਸੈਪਟ ਪੜਾਉਣੇ ਚਾਹੀਦੇ ਆ ਇਸ ਤਰ੍ਹਾਂ ਦੀ ਜਾਗਰਤੀ ਲਿਆਉਣੀ ਚਾਹੀਦੀ ਆ ਸਾਨੂੰ ਆਪਣੇ ਪੱਧਰ ਤੇ ਵੀ ਨਾ ਪਰਵਰਿਸ਼ ਦੇ ਵਿੱਚ ਵੀ ਇਹ ਚੀਜ਼ਾਂ ਮਾਨਸਾਹਬ ਸ਼ਾਮਲ ਕਰਨੀਆਂ ਚਾਹੀਦੀਆਂ ਨੇ ਜੀ ਜੋ ਆਕ ਨੇ ਜਿਹੜੇ ਛੋਟੇ ਛੋਟੇ ਹੁੰਦੇ ਆ ਜਦੋਂ ਉਹਨਾਂ ਨੂੰ ਨਿੱਕੇ ਨਿੱਕੇ ਨਾ ਇਸ ਤਰ੍ਹਾਂ ਇਨਸਾਨੀਅਤ ਨਾਲ ਜੁੜੀਆਂ ਗੱਲਾਂ ਕਹਾਣੀਆਂ ਸੁਣਾਉਂਦੇ ਰਹੋਗੇ ਤੇ ਉਹਨਾਂ ਦਾ ਸੁਭਾਅ ਵੀ ਉਸੇ ਤਰ੍ਹਾਂ ਦਾ ਬਣ ਜਾਏਗਾ ਹੋਰ ਇਹ ਬੰਦੇ ਤਾਂ ਆਪਣੇ ਵਿੱਚ ਹੀ ਹੁੰਦੇ ਨੇ ਜੀ ਮਰਨ ਵਾਲਾ ਵੀ ਬਚਾਉਣ ਵਾਲਾ ਵੀ ਸਾਰੇ ਬੰਦੇ ਆਪਣੇ ਵਿੱਚ ਹੀ ਹੁੰਦੇ ਨੇ ਇਹ ਗੋਹ ਨਹੀਂ ਹੁੰਦੇ ਨੇ ਆਪਣੇ ਸੁਭਾਅ ਦੇ ਜੀ 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 ਇਦੋਂ ਗੁਰਜੀਤ ਜੀ ਕਰ ਰਹੇ ਜੀ ਪਹਿਲਾਂ ਐਕਸੀਡੈਂਟ ਵਾਲੇ ਮਾਮਲੇ ਦੇ ਵਿੱਚ ਚੁੱਕਣ ਵਾਲੇ ਦੇ ਉੱਤੇ ਪੁਲਿਸ ਪਰਚਾ ਪਾ ਦਿੰਦੀ ਸੀ ਜੇ ਪਤਾ ਨਹੀਂ ਸੀ ਲੱਗਦਾ ਹੁਣ ਨਹੀਂ ਪਰ ਇਹਦਾ ਨਾ ਬਈ ਪਤਾ ਸੀ ਸੀਸੀਟੀਵੀ ਕੈਮਰੇ ਨੇ ਥਾਂ ਥਾਂ ਤੇ ਮਾਨ ਸਾਹਿਬ ਹਾਂਜੀ ਗੱਡੀ ਕਿੱਥੋਂ ਨਿਕਲੀ ਕਿੰਨੇ ਵਜੇ ਨਿਕਲੀ ਸਾਰਾ ਕਿਤੇ ਨਾ ਕਿਤੇ ਪਤਾ ਲੱਗ ਜਾਂਦਾ ਜੀ 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 ਸਾ ਲੋਕੇਸ਼ਨਾਂ ਨੇ ਮੋਬਾਈਲ ਦੀਆਂ ਲੋਕੇਸ਼ਨਾਂ ਨੇ ਅੱਜ ਕੱਲ ਆ ਜਾਂਦੀਆਂ ਹਾਂਜੀ 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 ਗੁਰਸੇਵ ਕੁਪੱਟੀ ਜੀ ਕਹਿੰਦੇ ਇਟਲੀ ਦੇ ਵਿੱਚ ਐਫਆਈਆਰ ਹੁੰਦੀ ਹੈ ਜੇ ਕੋਈ ਜ਼ਖਮੀ ਦੀ ਹੈਲਪ ਨਾ ਕਰੇ ਤਾਂ ਜੀ ਕਹਿੰਦੇ ਬਹੁਤ ਅੱਛੀ ਗੱਲ ਆ ਵਧੀਆ ਗੱਲ ਆ ਕਿ ਤੁਸੀਂ پابੰਦ ਹੋਣੇ ਚਾਹੀਦੇ ਆ ਆਪਣੇ ਫਰਜ਼ ਪ੍ਰਤੀ پابੰਦ ਹੋਵੋ ਨਾ ਜੀ 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 ਰੰਜੀਤ ਜੀ ਕਹਿੰਦੇ ਸਾਨੂੰ ਭਲੇ ਦੇ ਆਪਣਾ ਕੰਮ ਦੇ ਵਿੱਚ ਬਹੁਤ ਮਹਿੰਗਾ ਪੈ ਗਿਆ ਸੀਗਾ ਜੀ ਤੇ ਉਹ ਹੋਇਆ ਕਈ ਵਾਰ ਹੋ ਜਾਂਦਾ ਹੋਇਆ ਪਰ ਹੁਣ ਦੇ ਦੌਰ ਦੇ ਵਿੱਚ ਨਾ ਇਹ ਚੀਜ਼ਾਂ ਠੀਕ ਨਹੀਂ ਮਾਨ ਸਾਹਿਬ ਕਿਉਂਕਿ ਸੀਸੀਟੀਵੀ ਕੈਮਰੇ ਨੇ ਤੁਹਾਡੇ ਕੋਲ ਮੋਬਾਈਲ ਨੇ ਤੁਸੀਂ ਉਹਨੂੰ ਰਿਕਾਰਡ ਕਰ ਸਕਦੇ ਹੋ ਕੋਈ ਬੰਦਾ ਮਾੜਾ ਮੋਟਾ ਬੋਲਦਾ ਉਹਨੂੰ ਰਿਕਾਰਡ ਕਰ ਸਕਦੇ ਹੋ ਬਹੁਤ ਹਿੱਲੇ ਹੈਗੇ ਆ ਹੁਣ ਜੀ ਮੋਬਾਈਲ ਦੇ ਟਾਵਰ ਲੋਕੇਸ਼ਨ ਸਾਰਾ ਕੁਝ ਨਿਕਲ ਆਉਂਦਾ ਹੁਣ ਜੀ 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 ਹੁਣ ਦੇ ਦੌਰ ਦੇ ਵਿੱਚ ਤੇ ਨਹੀਂ ਇਦਾਂ ਚਲੋ 100 ਚੋਂ ਕਿਸੇ ਬੰਦੇ ਨਾਲ ਮਾੜੀ ਹੋਈ ਹੈ ਤਾਂ ਉਹ ਮਾੜੀ ਕਰਨ ਵਾਲਾ ਮਾੜਾ ਕਰ ਗਿਆ ਜੀ ਪਰ ਜਿਹੜੇ ਆਪਾਂ ਦੂਸਰੇ ਬੰਦੇ ਦੇਖਦੇ ਆ ਤਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਜ਼ਰੂਰਤ ਹੋਵੇ ਭਾਈ ਜੀ ਇਹਦਾ ਮਤਲਬ ਇਹ ਨਹੀਂ ਕਿ 100 ਚੋਂ ਇੱਕ ਨਾਲ ਇਦਾਂ ਹੋ ਗਈ ਆ ਤੇ ਹੁਣ ਜਿਹੜੇ 99 ਉਹਨਾਂ ਦੇ ਫਰਜ਼ ਜਿਹੜੇ ਆ ਉਹ ਬਿਲਕੁਲ ਇਕੱਟੇ-ਵੱਟੇ ਜਾਂਦੇ ਜੀ 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 ਤੇ ਇਹਦੇ ਨਾਲ ਹੀ ਆਪਾਂ ਅੱਗੇ ਨੂੰ ਚੱਲ ਗਏ ਜੀ ਹੁਣ ਕਹਿੰਦੇ ਜੀ ਕਿ ਇੱਕ ਦੇਸ਼ ਇੱਕ ਸੂਚੀ ਆ ਰਿਹਾ ਜੀ ਕਹਿੰਦੇ ਕਿ ਵਾਜੀ ਹੋ ਜੋ ਕੈਮ ਦੇਖੋ ਇੱਕ ਦੇਸ਼ ਇੱਕ ਸੂਚੀ ਜਿਹੜੀ ਹੈ ਨਾ ਮਾਨ ਸਾਹਿਬ ਜੀ ਜਿਹੜੀਆਂ ਵੋਟਰ ਸੂਚੀਆਂ ਹੁੰਦੀਆਂ ਨੇ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਹੁੰਦੀਆਂ ਨੇ ਜੋ ਇਸ ਹੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਸ ਹੀ ਹੈ ECI ਦਾ ਹੋ ਗਿਆ ਸਾਰਾ ਕੁਝ ਤੇ ਜਿਹੜਾ ਆ ਆ ਹੋ ਗਿਆ ਤੁਹਾਡਾ ਸਥਾਨਕ ਸਰਕਾਰਾਂ ਦਾ ਇਲੈਕਸ਼ਨ ਸਟੇਟ ਪੰਚਾਇਤਾਂ ਦਾ ਇਹ ਆ ਗਿਆ ਸਟੇਟ ਵਾਲਾ ਹਾਂਜੀ ਸੁਬਾਈ ਇਲੈਕਸ਼ਨ ਕਮਿਸ਼ਨ ਜਿਹੜਾ ਹੁਣ ਇੱਕ ਚੀਜ਼ ਤੁਸੀਂ ਵੇਖਿਓ ਕਿ ਉਹ ਜਿਹੜੀਆਂ ਵੋਟਰ ਸੂਚੀਆਂ ਹੁੰਦੀਆਂ ਨੇ ਨਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵਾਲੀਆਂ ਜੀ ਉਹ ਵੋਟਰ ਸੂਚੀਆਂ ਜਿਹੜੀਆਂ ਉਹ ਡਰਾਫਟ ਦੇ ਤੌਰ ਤੇ ਜਾਂ ਅੰਕੜਿਆਂ ਦੇ ਤੌਰ ਤੇ ਤਾਂ ਇਸਤੇਮਾਲ ਕੀਤੀਆਂ ਜਾਂਦੀਆਂ ਪਰ ਜਿਹੜੀ ਹੱਦ ਹੁੰਦੀ ਹੈ ਨਾ ਉਹਦੇ ਮੁਤਾਬਕ ਨਹੀਂ ਹੁੰਦੀ ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਜਿਵੇਂ ਵਿਧਾਨ ਸਭਾ ਦਾ ਇਲੈਕਸ਼ਨ ਹੁੰਦਾ ਹੈ ਉਹ ਲੋਕ ਸਭਾ ਦਾ ਜਿਹੜਾ ਹੁੰਦਾ ਹਲਕਾ ਉਹਦੇ ਜਿਵੇਂ ਆਪਣੇ ਨੌ ਨੇ ਜਿਆਦਾਤਰ ਹਨ ਨੌ ਵਿਧਾਨ ਸਭਾ ਹਲਕੇ ਬਣ ਜਾਂਦੇ ਹੁੰਦੇ ਆ ਵੀ ਉਸ ਹੱਦ 'ਚ ਹੀ ਹੁੰਦਾ ਉਹ ਤਾਂ ਉਸੇ ਤਰ੍ਹਾਂ ਇਹ ਕਰਦੇ ਹੋ ਕਿ ਇੱਕੋ ਸੂਚੀ ਹੋਵੇ ਕਿਉਂਕਿ ਨੌ ਕੇ ਅੱਠ ਰਾਜ ਇਸ ਤਰ੍ਹਾਂ ਦੇ ਆ ਜਿਹੜੇ ਇਹ ਇੰਡੀਆ ਦਾ ਜਿਹੜਾ ਚੋਣ ਕਮਿਸ਼ਨ ਹੈ ਨਾ ਦੇਸ਼ ਦਾ ਉਹਦਾ ਬਿਲਕੁਲ ਹੀ ਉਹ ਵੋਟਰ ਸੂਚੀ ਮਤਲਬ ਕਿ ਇਸਤੇਮਾਲ ਹੀ ਨਹੀਂ ਕਰਦੇ ਉਹ ਉਹ ਆਪਦਾ ਹੀ ਸਾਰਾ ਕੁਝ ਰੱਖ ਦਿਆ ਇਹਨਾਂ ਦਾ ਫਾਰਮੂਲਾ ਇਹੀ ਹੈ ਜਿਹੜੀ ਕੋਵਿੰਦ ਕਮੇਟੀ ਬਣੀ ਹੈ ਉਹ ਇਹਦੇ ਤੇ ਕੰਮ ਕਰ ਰਹੀ ਆ ਅੱਜ ਇੱਕ ਬਹੁਤ ਵੱਡੇ ਅਖਬਾਰ ਨੇ ਖਬਰ ਛਾਪੀ ਆ ਹੁੰਦਾ ਹੈ ਕਿ ਨਹੀਂ ਹੁੰਦਾ ਉਹ ਬਾਅਦ ਦੀ ਗੱਲ ਆ ਉਹਨਾਂ ਦੇ ਕਹਿਣ ਦਾ ਮਤਲਬ ਇਹ ਆ ਕਿ ਜਿਵੇਂ ਲੋਕ ਸਭਾ ਦਾ ਜਿਹੜਾ ਇੱਕ ਹਲਕਾ ਹੈ ਵਿਧਾਨ ਸਭਾ ਦਾ ਇਲੈਕਸ਼ਨ ਜਿਹੜਾ ਉਹਦੇ ਵਿੱਚ ਹੀ ਹੁੰਦਾ ਉਹਦੇ ਹੱਦ 'ਚ ਹੀ ਹੁੰਦਾ ਉਸੇ ਤਰ੍ਹਾਂ ਫਿਰ ਜਿਹੜਾ ਲੋਕਲ ਇਲੈਕਸ਼ਨ ਆ ਉਹ ਵਿਧਾਨ ਸਭਾ ਹਲਕੇ ਦੇ ਹੱਦ 'ਚ ਹੋਵੇ ਉਹਨੂੰ ਨਾ ਤੋੜੇ ਉਹਨੂੰ ਨਾ ਛੋਏ ਬਸ ਇਹੀ ਹੈ ਇਹਦੇ ਵਿੱਚ ਜਿਹਨੂੰ ਆਪਾਂ ਹੱਦਬੰਦੀ ਕਹਿ ਦਿੰਨੇ ਆ ਕਿ ਉਹ ਉਸੇ ਤਰ੍ਹਾਂ ਹੀ ਕਾਇਮ ਰਹੇ ভোটার ਸੂਚੀ ਫਿਰ ਇੱਕ ਬਣ ਜੂਗੀ ਔਲੀ-ਔਲੀ ਉਹਦੇ 'ਚ ਕਾਨੂੰਨੀ ਸੋਧਾਂ ਕਰਨੀਆਂ ਪੈਣਗੀਆਂ ਕਿਉਂਕਿ ਜਿਹੜਾ ਸੂਬਾਈ ਇਲੈਕਸ਼ਨ ਹੁੰਦਾ ਕੋਈ ਵੀ ਉਹ ਤੇ ਸੂਬਾ ਸਰਕਾਰ ਦੇ ਤਹਿਤ ਹੈ ਨਾ ਜੀ ਇਹਨਾਂ ਦੇ ਮਤ按照 ਉਹ ਉਹਨਾਂ ਨੇ ਆਪ ਦੇ ਹਿਸਾਬ ਕਿਤਾਬ ਨਾਲ ਕਰਾਉਣਾ ਸੋ ਇਸ ਕਰਕੇ ਇਹ ਹੁਣ ਕੋਸ਼ਿਸ਼ ਕਰ ਰਹੇ ਆ ਕਿ ਇਸ ਮਾਮਲੇ ਦੇ ਵਿੱਚ ਵੀ ਜੜੀਆਂ ਹੈਗੀਆਂ ਨੇ ਸੂਬਾਈ ਸਰਕਾਰਾਂ ਉਹਨਾਂ ਨੂੰ ਸਹਿਮਤ ਕਰ ਲਈਏ ਤੇ ਇੱਕ ਦੇਸ਼ ਇੱਕ ਵੋਟਰ ਸੂਚੀ ਵੱਲ ਵੱਧ ਜਾਈਏ ਜੀ ਇਹਦਾ ਲੋਕ ਕਮਿਸ਼ਨ ਨੇ ਵੀ ਕਿਹਾ ਸੀਗਾ ਚੋਣ ਕਮਿਸ਼ਨ ਨੇ ਵੀ ਕਿਹਾ ਸੀਗਾ ਕਿ ਇਹ ਫਾਰਮੂਲਾ ਜਿਹੜਾ ਕਰ ਲਓ ਆਪਾਂ ਚੰਗੇ ਰਹਿਾਂਗੇ ਜੀ 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 ਤੇ ਬਾਕੀ ਚਲ ਦੇਖਦੇ ਆ ਕਰੋ ਤੱਕ ਆਉਂਦਾ ਜੀ ਦੇ ਦੇ ਨਾਲ ਹੀ ਕਹਿੰਨੇ ਕਿ ਬਾਈ ਟੀਮ ਇੰਡੀਆ ਨੂੰ ਜਿੱਤਣ ਦੀਆਂ ਵਧਾਂਗਾ ਜੀ ਸਾਰੇ ਵੀਰਾਂ ਨੂੰ ਜੀ ਹਰਪ੍ਰੀਤ ਸਿੰਘ ਸਰਾ ਕਰੇ ਅਮੈਂ ਤੁਹਾਨੂੰ ਕੱਲ ਕਿਹਾ ਸੀ ਨਾ ਇਹ ਤਾਂ ਬਾਲੇ ਹੀ ਡੋਲ ਗਏ ਸੀਗੇ ਆਪਣੇ ਬੰਦੇ ਤੇ ਹਾਂਜੀ ਆnde ਇੱਕ ਆਊਟ ਦੋ ਆਊਟ ਤਿੰਨ ਆਊਟ ਮੈਂ ਕਿਹਾ ਉੱਥੇ ਗਾ ਕੋਈ ਰਵਿੰਦਰ ਡੀਸਿਲਵਾ ਖਲੋਤਾ ਕੁਛ ਨਹੀਂ ਉਹ ਵਿਚਾਰੇ ਦੋ ਪਾਰਟਨਰਸ਼ਿਪ ਨਾ ਕਰਦੇ ਉਹਦਾ ਵੀ ਇੱਕ ਮੁੰਡੇ ਦਾ ਨਾਮ ਤਨੰਜੇ ਡੀਸਿਲਵਾ ਹੀ ਆ ਹਾਂਜੀ ਹਾਂਜੀ ਤੇ ਇੱਕ ਇੱਕ ਤੋਂ ਜਿਹੜਾ ਵੈਲੇ ਲੈਗਾ ਕੀ ਨਾ ਉਹਦਾ ਸਪਿਨਰ ਦਾ ਉਹ ਤੇ ਲੈ ਗਿਆ ਹੀ ਲੱਕੋ ਇਹਨਾਂ ਨੂੰ ਜੀ ਪੰਜ ਲੈ ਗਿਆ ਕੱਲ ਅੱਛਾ ਉਹ ਪਾਰਟਨਰਸ਼ਿਪ ਨਾ ਕਰਦੇ ਤੇ ਨੰਨੇ ਤੇ 100 ਤੇ ਨਿਬੜ ਜਾਣਾ ਸੀ ਮੈਨੂੰ ਲੱਗਦਾ 80 ਕਿਤੇ ਨਿਬੜ ਜਾਣਾ ਸੀ ਬੋਲਿੰਗ ਅਟੈਕ ਵੀ ਤਾਂ ਦੇਖੋ ਨਾ ਜੀ ਇੰਡੀਆ ਦਾ ਅਟੈਕ ਉਹ ਉਹਨਾਂ ਦੇ ਬੈਟਸਮੈਨਾਂ ਦੇ ਮੁਕਾਬਲੇ ਤਾਂ ਬਹੁਤ ਜ਼ਬਰਦਸਤ ਹੈ ਤੇ ਉਹ ਪਿਚ ਵੀ ਜਿਹੜੀ ਆ ਉਹ ਕੋਈ ਬੱਲੇਬਾਜ਼ਾਂ ਦੇ ਸਹਤਾਲੀ ਨਹੀਂ ਸੀ ਜੀ 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 ਚਲੋ ਕੋਲਮ ਲਾ ਕੇ ਵਧੀਆ ਹੋ ਗਿਆ ਚਲੋ ਮੈਚ ਜਿੱਤ ਗਏ ਬਾਕੀ ਅੱਗੇ ਹੁਣ ਬਣਿਆ ਰੂਆ ਸਵਾਦ ਨਹੀਂ ਤਾਂ ਸਵਾਲ ਹੀ ਗੱਲ ਜਾਣਾ ਸੀਗਾ ਐਸ਼ੇ ਹੋਂਦ ਤੱਕ ਜੀ ਜੀ ਫਾਈਨਲ 'ਚ ਪਹੁੰਚ ਗਏ ਮੈਨਰ ਦਾ ਜੀ ਜੀ ਤੇ ਇਧਰੋਂ ਬਾਈ ਪਤਾ ਲੱਗੇਗਾ ਹਾਂਜੀ ਹਾਂਜੀ ਇਧਰੋਂ ਆਪਾਂ ਜਰਾ ਮੇਰੇ ਖਿਆਲ ਨਾਲ ਮਾਰੀਏ ਬ੍ਰੇਕਾਂ ਕਿਉਂਕਿ ਇਧਰੋਂ ਰਜੀਵ ਜੀ ਕਹਿ ਰਹੇ ਕਹਿੰਦੇ ਕਿ ਜੀ ਚੁਟਕਲੇ ਸੁਣ ਲਿਆ ਰੈਲੀ ਦੇ ਵਿੱਚ ਤਾਂ ਕਹਿੰਦੇ ਕਿ ਆਮ ਆਰਮੀ ਦੇ ਸਮਰਥਕ ਸੁਣੋ ਸੁਣੋ ਨਜ਼ਾਰੇ ਲਾਓ ਨਜ਼ਾਰੇ ਲਾਓ ਜੀ ਕਿਉਂਕਿ ਕੇਜਰੀਵਾਲ ਸਾਹਿਬ ਕਹਿ ਗਏ ਹੁਣੇ-ਹੁਣੇ ਕਹਿੰਦੇ ਕਿ ਬਾਈ ਸਰਕਾਰੀ ਸਕੂਲਾਂ 'ਚ ਐਡਮਿਸ਼ਨਾਂ ਦੇ ਲਈ ਹੋੜ ਲੱਗੀ ਹੋਈ ਆ ਕਹਿੰਦੇ ਕਿ ਬਾਈ ਤੜਾ ਤੜਕਾਂ ਵਿਚਾਰ ਆ ਲਾਈਨ ਲੱਗੀ ਆ ਲਾਈਨ ਲੱਗੀ ਆ ਨਹੀਂ ਤੇ ਫਿਰ ਉਹ ਮਤਲਬ ਕਿ ਇਹਨਾਂ ਨੂੰ ਜ਼ਿੰਮੇਵਾਰੀ ਘੱਟੋ ਤੁਸੀਂ ਦੇਣੇ ਹੋ ਕਿ ਜੇ ਇਹ ਦਾਖਲੇ ਘਟੇ ਤੇ ਤੁਸੀਂ ਜ਼ਿੰਮੇਵਾਰ ਹੋਵੋਗੇ ਜਦੋਂ ਜਨਤਾ ਆਪਮਾਰੀ ਟੁੱਟ ਕੇ ਪੈ ਰਹੀ ਹੈ ਜੀ ਤੁਸੀਂ ਤੇ ਇਹਨਾਂ ਦੀ ਐਸੀ ਤੈਸੀ ਕਰ ਦਿੰਨੇ ਹੋ ਜੀ ਜੀ ਚਲੋ ਜੀ